ज़हरा ज़हूर सर्प कला परपूर बाणी के बोहत चवर शतर तख्त दे मालक मालिक कायनात जो महाराज जी दी पावन पवित्र निकी गोद अंदर सज बैठी गुरु रूप गुरु प्यारी गुरु खालसा साह संगत जीओ आओ सब तो पहला हेमकुंड दे महान तपस्वी मां गुजरी दे चन
ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਲੰਬੇ ਜ਼ਿਕਰ ਮਾਹੀ ਨੀਲੇ ਦੇ ਸ਼ਾਹ ਅਸਵਾਰ ਤੇਗ ਔਰ ਕਲਮ ਦੇ ਤਨੀ ਇਸ ਦੀ ਮਨਜ਼ੂਰ ਬਾਦਸ਼ਾਹ ਦਰਵੇਸ਼ ਸਰਬੰਸ ਦਾਨੀ ਸ਼ਕਤੀ ਔਰ ਭਗਤੀ ਦੇ ਮਾਲਕ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਵੱਲੋਂ ਬਖਸ਼ਿਸ਼ ਕੀਤਾ ਹੋਇਆ ਫਤਿਹ ਦਾ ਨਾਰਾ ਪ੍ਰਵਾਨ ਕਰੋ ਜੀ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਹੀਦਾਂ ਦੇ ਵਾਰਸੋ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਸਜੇ ਬੈਠੇ ਹੋ ਪਰ ਕਿਤੇ ਇਹ ਨਾ ਸਮਝ ਬੈਠੇ ਹੋ ਕਿ ਸ਼ਹੀਦ ਸਿੰਘ ਕਿਤੇ ਫੁੱਲਾਂ ਦੇ ਹਾਰਾਂ ਦੇ ਭੁੱਖੇ ਨੇ ਜਾਂ ਭੁੱਖੇ ਨੇ ਮਾਇਆ ਦੇ ਨਹੀਂ ਨਹੀਂ ਪਿਆਰੀਓ ਉਹ ਭੁੱਖੇ ਨੇ ਹਕੀਕਤ ਦੇ ਸ਼ਰਧਾ ਦੇ ਮੁਹੱਬਤ ਦੇ ਅਤੇ ਆਪਾਂ ਵੀ ਵੇਖ ਲਈਏ ਉਹਨਾਂ ਨੂੰ ਕਿਹੜੀ ਭੇਟ ਸੱਚੀ ਅਤੇ ਸੁੱਚੀ ਹੋਵੇਗੀ ਜਦੋਂ ਅਰਦਾਸੀਆ ਸਿੰਘ ਅਰਦਾਸ ਕਰਦਾ ਨਾ ਪਿਆਰੀਓ ਸਾਰਾ ਕੁਝ ਹੀ ਗਿਣਦਾ ਅਖੀਰ ਦੇ ਵਿੱਚ ਇਹੀ ਕਹਿੰਦਾ ਨਾ ਸ਼ਹੀਦ ਸਿੰਘਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਜਦੋਂ ਸ਼ਹੀਦ ਸਿੰਘਾਂ ਨੂੰ ਯਾਦ ਕਰ ਲਿਆ ਜਾਂਦਾ ਨਾ ਪਿਆਰਿਓ ਤਾਂ ਸ਼ਹੀਦ ਸਿੰਘ ਸੰਗਤ ਵਿੱਚ ਖੁਦ ਹਾਜ਼ਰ ਹੋ ਜਾਂਦੇ ਨੇ ਅਤੇ ਅਸੀਂ ਵੀ ਸਾਵਧਾਨ ਹੋ ਜਾਈਏ ਸ਼ਹੀਦ ਸਿੰਘ ਸਾਡੇ ਵਿੱਚ ਆਣ ਬੈਠੇ ਨੇ ਇੱਕ ਵਾਰਾਂ ਸ਼ਹੀਦ ਸਿੰਘਾਂ ਨੂੰ ਯਾਦ ਕਰਕੇ ਨੇਤਰ ਬੰਦ ਕਰਕੇ ਗੱਜ ਕੇ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ ਸ਼ਾਇਰ ਕਹਿੰਦਾ ਹੈ ਚੁੱਕ ਚੁੱਕ ਧੂੜ ਮੱਥੇ ਲਾਵਾਂ ਉਹਨਾਂ ਰਾਵਾਂ ਵਾਲੀ ਕਿੰਨਾ ਰਾਵਾਂ ਵਾਲੀ ਉਹ ਜਿੰਨੀ ਰਾਹ ਆਏ ਨੇ ਸ਼ਹੀਦ ਮੇਰੀ ਕੰਮ ਦੇ ਉਹ ਵਾਰੇ ਵਾਰੇ ਜਾਵਾਂ ਉਹਨਾਂ ਸਿੱਖ ਮਾਵਾਂ ਉੱਤੋਂ ਉਹ ਜਿੰਨੀ ਕੁੱਖੋ ਜਾਏ ਨੇ ਸ਼ਹੀਦ ਮੇਰੀ ਕੌਮ ਦੇ ਸੋਹਣੀ ਫਾਂਸੀ ਅਤੇ ਚਰਖੜੀਆਂ ਦੇ ਦੰਦੇ ਤੱਕ ਔਰ ਤਾਂ ਘਬਰਾਏ ਨਾ ਸ਼ਹੀਦ ਮੇਰੀ ਕੌਮ ਦੇ ਇੱਕ ਦੋ ਨਹੀਂ ਸੈਂਕੜੇ ਹਜ਼ਾਰਾਂ ਅਤੇ ਲੱਖਾਂ ਵਰਗੇ ਅਜ਼ਮਾਏ ਨੇ ਸ਼ਹੀਦ ਮੇਰੀ ਕੌਮ ਦੇ ਪਿਆਰੀਓ ਯਾਦ ਕਰਨ ਜਾ ਰਹੇ ਹਾਂ ਜੂਨ 84 ਦੇ ਹੋਏ ਸਮੂਹ ਸ਼ਹੀਦ ਸਿੰਘਾਂ ਨੂੰ ਸਾਡੇ ਤੋਂ ਪਹਿਲਾਂ ਸਾਡੇ ਵੱਡੇ ਵੀਰ ਉਹਨਾਂ ਨੇ ਆਪ ਸਭ ਸੰਗਤਾਂ ਨੂੰ ਬਲੂ ਸਟਾਰ ਦਾ ਜੋ ਸਾਕਾ ਵਰਤਿਆ ਉਸ ਦੇ ਵਿੱਚੋਂ ਕੁਝ ਕੁ ਵਿਚਾਰਾਂ ਆਪਾਂ ਸਾਰਿਆਂ ਦੇ ਚਰਨਾਂ ਦੇ ਵਿੱਚ ਪਿਆਰੇ ਸੰਗਤ ਦੇ ਚਰਨਾਂ ਵਿੱਚ ਰੱਖੀਆਂ ਨੇ ਆਓ ਗੁਰਮੁਖ ਜਨੋ ਕੁਝ ਕੁ ਸਮਾਂ ਗੁਰ ਇਤਿਹਾਸ ਨਾਲ ਜੁੜਨ ਦਾ ਯਤਨ ਕਰੀਏ ਗੱਲ ਕਰਨ ਜਾ ਰਹੀ ਹਾਂ ਉਸ ਮਰਦੇ ਮਜ਼ਾਹਿਦ ਵੇਖੋ ਆਪ ਖਾਲਸਾ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀ ਪਿਆਰੇ ਮਹਾਂਪੁਰਖਾਂ ਦਾ ਜਨਮ ਪਿੰਡ ਰੋਟਾ ਜ਼ਿਲ੍ਹਾ ਫਰੀਦਕੋਟ ਪਿਤਾ ਜੋਗਿੰਦਰ ਸਿੰਘ ਜੀ ਦੇ ਘਰ ਮਾਤਾ ਨਿਹਾਲ ਕੌਰ ਜੀ ਦੀ ਕੁੱਖੋਂ ਹੋਇਆ ਮਹਾਂਪੁਰਖਾਂ ਦੇ ਵੱਡੇ ਛੇ ਭਰਾ ਅਤੇ ਛੋਟੀ ਭੈਣ ਮਨਜੀਤ ਕੌਰ ਹੈ ਸੰਤਾਂ ਨੇ ਮੁੱਢਲੀ ਵਿੱਦਿਆ ਗੌਰਮੈਂਟ ਪ੍ਰਾਇਮਰੀ ਸਕੂਲ ਗੁਰੂਪੁਰ ਕੋਠੇ ਤੋਂ ਪ੍ਰਾਪਤ ਕੀਤੀ ਅਤੇ ਪੰਜਵੀਂ ਜਮਾਤ ਦਾ ਇਮਤਿਹਾਨ ਪਾਸ ਕੀਤਾ ਹੁਣ ਸਮਾਂ ਪਿਆ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਜਥਾ ਪਿੰਡਰਾ ਮਹਿਤਾ ਵਾਲੇ ਮਹਾਂਪੁਰਖਾਂ ਨੂੰ ਆਪਣੇ ਕੋਲ ਮਹਿਤੇ ਲੈ ਗਏ ਉੱਥੇ ਜਾ ਕੇ ਬ੍ਰਹਮ ਵਿੱਦਿਆ ਦੇ ਤਨੀ ਬਣਾ ਦਿੱਤਾ 1966 ਈਸਵੀ ਨੂੰ ਸੰਤਾਂ ਦਾ ਆਨੰਦ ਕਾਰਜ ਬੀਬੀ ਪ੍ਰੀਤਮ ਕੌਰ ਜੀ ਦੇ ਨਾਲ ਹੋਇਆ ਸੰਤਾਂ ਦੇ ਘਰੋਂ ਦੋ ਪੁੱਤਰਾਂ ਨੇ ਜਨਮ ਲਿਆ ਭਾਈ ਈਸ਼ਰ ਸਿੰਘ ਜੀ ਅਤੇ ਭਾਈ ਇੰਦਰਜੀਤ ਸਿੰਘ ਜੀ ਨੇ ਸਮਾਂ ਪਿਆ 1978 ਈਸਵੀ ਨੂੰ ਸੰਤ ਗਿਆਨੀ ਕਰਤਾਰ ਸਿੰਘ ਜੀ ਅਕਾਲ ਚਲਾਣਾ ਕਰ ਗਏ ਜਿਨ੍ਹਾਂ ਤੋਂ ਮਗਰੋਂ ਬਾਬਾ ਕਾਬਲ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਦਮਦਮੀ ਟਕਸਾਲ ਦੇ 14ਵੇਂ ਮੁਖੀ ਬਣੇ ਪਿਆਰੇ ਮਹਾਂਪੁਰਖਾਂ ਨੇ 8 ਮਹੀਨਿਆਂ ਦੇ ਵਿੱਚ ਵਿੱਚ ਸਿੱਖੀ ਦਾ ਪ੍ਰਚਾਰ ਕਾਹਦਾ ਪ੍ਰਚਾਰ ਸਿੱਖੀ ਦਾ ਪ੍ਰਚਾਰ ਬੜੇ ਜ਼ੋਰਾਂ ਸ਼ੋਰਾਂ ਨਾਲ ਕਰਨਾ ਸ਼ੁਰੂ ਕੀਤਾ ਪੰਜਾਬ ਦੇ ਵੱਖ ਵੱਖ ਪਿੰਡਾਂ ਵੱਖ ਵੱਖ ਸ਼ਹਿਰਾਂ ਪੰਜਾਬ ਤੋਂ ਬਾਹਰ ਮੁੰਬਈ ਕਲਕੱਤਾ ਯੂਪੀ ਮੱਧ ਪ੍ਰਦੇਸ਼ ਅਤੇ ਹੋਰ ਰਾਜਾਂ ਵਿੱਚ ਵੀ ਸਿੱਖੀ ਦਾ ਬੇਮਿਸਾਲ ਪ੍ਰਚਾਰ ਕੀਤਾ ਹੁਣ ਇਹਨਾਂ ਦਿਨਾਂ ਦੇ ਵਿੱਚ ਮੋਰਚੇ ਲੱਗਣੇ ਸ਼ੁਰੂ ਹੋ ਗਏ ਅਸੀਂ ਕੰਮ ਕਿਤੇ ਜਾਗਰੂਕ ਨਾ ਹੋ ਜਾਵੇ ਇਸ ਕਰਕੇ ਸਾਡੀ ਸੈਂਟਰ ਸਰਕਾਰ ਨੇ ਪੰਜਾਬ ਦੀ ਧਰਤੀ 'ਤੇ ਇੱਕ ਸਾਧ ਭੇਜਿਆ ਜਿਸ ਨੂੰ ਆਪਾਂ ਪਾਪੀ ਗੁਰਬਚਨਾ ਨਰਕ ਧਾਰੀ ਆਖਦੇ ਹਾਂ ਇਸ ਨਰਕ ਧਾਰੀਏ ਨੇ ਜੋ ਸਿੱਖ ਇਤਿਹਾਸ ਅਤੇ ਪਿਆਰੀ ਗੁਰਬਾਣੀ ਬਾਰੇ ਮੰਦੇ ਸ਼ਬਦ ਬੋਲੇ ਉਸ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਇਸ ਪਾਪੀ ਨੇ ਇੱਥੋਂ ਤੱਕ ਕਹਿ ਦਿੱਤਾ ਇੱਕ ਭੈਣ ਆਪਣੇ ਵੀਰ ਦੇ ਨਾਲ ਆਨੰਦ ਕਾਰਜ ਕਰਵਾ ਸਕਦੀ ਹੈ ਪਰ ਸਾਡੇ ਵਿੱਚੋਂ ਕੋਈ ਵੀ ਮਾਈ ਦਾ ਲਾਲ ਨਾ ਉੱਠਿਆ ਜੋ ਇਸ ਦੀਆਂ ਕਰਤੂਤਾਂ ਨੂੰ ਰੋਕ ਸਕਦਾ ਪਰ ਪੰਜਾਬ ਦੀ ਧਰਤੀ ਤੋਂ ਉਹ ਮਰਦ ਉੱਠਿਆ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖਾਂ ਨੇ ਆਖਿਆ ਕਿ ਪਾਪੀ ਜਿੱਥੇ ਵੀ ਸਮਾਗਮ ਕਰੇਗਾ ਮੈਂ ਇਸਦੇ ਸਮਾਗਮ ਨੂੰ ਜ਼ਰੂਰ ਰੋਕਾਂਗਾ 1978 ਈਸਵੀ ਨੂੰ ਵਿਸਾਖੀ ਵਾਲੇ ਦਿਨ ਇਸ ਨਰਕ ਧਾਰੀਏ ਨੇ ਅੰਮ੍ਰਿਤਸਰ ਵਿੱਚ ਆਪਣਾ ਸਮਾਗਮ ਰੱਖਿਆ ਇਸ ਦੁਸ਼ਟ ਨੇ ਆਖਿਆ ਕਿ ਕਲਗੀ ਤੇਰੇ ਪਾਤਸ਼ਾਹ ਨੇ ਪੰਜ ਪਿਆਰੇ ਸਾਜੇ ਅਤੇ ਅੱਜ ਮੈਂ ਵਿਸਾਖੀ ਵਾਲੇ ਦਿਨ 7 ਸਿਤਾਰੇ ਥਾਪਾਂਗਾ ਮੇਰੀ ਸ਼ਕਤੀ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲੋਂ ਵਧੇਰੀ ਹੈ
ਤੇ ਹੁਣ ਇਸ ਦੇ ਸਮਾਗਮ ਨੂੰ ਰੋਕਣ ਵਾਸਤੇ ਤਖਤ ਸ੍ਰੀ ਅਕਾਲ ਤਖਤ ਸਾਹਿਬ ਤੋਂ ਅਰਦਾਸਾਂ ਸੁਣ ਕੇ ਸਿੰਘ ਸ਼ਾਂਤਮਈ ਤਰੀਕੇ ਦੇ ਨਾਲ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਜਾ ਰਹੇ ਸਨ। ਪਰ ਇਸ ਪਾਪੀ ਨੇ ਸਾਡੀ ਹੀ ਪੰਥਕ ਅਖਵਾਉਣ ਵਾਲੀ ਸਰਕਾਰ ਦੀ ਸ਼ਹਿਦ ਆਪਣੇ ਗੁੰਡਿਆਂ ਕੋਲੋਂ ਸਿੰਘਾਂ 'ਤੇ ਹਮਲਾ ਕਰਵਾ ਦਿੱਤਾ। 13 ਸਿੰਘ ਸ਼ਹਾਦਤ ਦਾ ਜਾਮ ਪੀ ਗਏ, ਬਹੁਤ ਜ਼ਿਆਦਾ ਸਿੰਘ ਬੁਰੀ ਤਰ੍ਹਾਂ ਫੱਟਰ ਹੋ ਗਏ। ਪਰ ਪਿਆਰੀਆ, ਫਿਰ ਵੀ ਇਸ ਪਾਪੀ ਉੱਪਰ ਕੋਈ ਮੁਕੱਦਮਾ ਜ਼ਾਰੀ ਨਹੀਂ ਕੀਤਾ ਗਿਆ। ਸਿੱਖ ਕੌਮ ਨੇ ਬੜੀ ਵਾਹ ਲਈ ਕਿ ਇਸ ਪਾਪੀ ਨੂੰ 13 ਸਿੰਘਾਂ ਦੇ ਕਤਲ ਦੀ ਸਜ਼ਾ ਜ਼ਰੂਰ ਮਿਲੇ। ਫਿਰ ਵੀ ਪਿਆਰੀਓ, ਇਹਦੇ ਉੱਪਰ ਇੱਕ ਮੁਕੱਦਮਾ ਜ਼ਾਰੀ ਹੋਇਆ, ਉਸ ਵਿੱਚੋਂ ਵੀ ਇਹਨੂੰ ਅਕਾਲੀਆਂ ਦੇ ਲੀਡਰ ਉਮਰਾ ਨੰਗਲ ਦੀ ਗਵਾਹੀ ਹੇਠ ਕਰਨਾਲ ਦੀ ਅਦਾਲਤ ਦੇ ਵਿੱਚੋਂ ਬਇੱਜ਼ਤ ਬਰੀ ਕਰ ਦਿੱਤਾ ਗਿਆ। ਹੁਣ ਇਹ ਵੇਖ ਕੇ ਸਿੱਖ ਕੌਮ ਦੇ ਹਿਰਦੇ ਵਲੂੰਦ ਰਹਿ ਗਏ। ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਖੜੇ ਨੇ ਤਖਤ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ, ਉਹਨਾਂ ਨੇ ਕਰ ਦਿੱਤੀਆਂ ਜੋ ਸ਼੍ਰੀਆਂ ਦਿਖਣਾ ਤੇਜ, ਉਹ ਖੜਕੇ ਵਿੱਚ ਚੁਰਾਹੇ ਆਵਾਜ਼ ਮਾਰੀ। ਉਹ ਮਾਣ ਮੱਤੀਆਂ ਕੌਮੀ ਜਵਾਨੀਆਂ ਨੂੰ ਕਰ ਇਕੱਠੀਆਂ ਗੱਲ ਸਮਝਾਈ ਸਾਰੀ, ਉਹਨਾਂ ਤੋਂ ਪੈਂਦੀ ਕਿੰਝ ਸ਼ੈਤਾਨੀਆਂ ਨੂੰ। ਉਹ ਸ਼ੇਰ ਬਬਰਾ ਜਾਂ ਸੁਣੀ ਗਰਜ ਤੇਰੀ, ਉਹ ਦਿੱਲੀ ਕੰਬੀ, ਦਿੱਲੀ ਦਰਬਾਰ ਕੰਬਿਆ, ਕੰਬ ਉੱਠੀ ਸੀ ਦੇਸ਼ ਦੀ ਮਹਾਰਾਣੀ, ਦਲੌਦਾ ਸੀ ਵਾਰ ਵਾਰ ਕੰਬਿਆ, ਉਹ ਨੀਲੀਆਂ ਪੱਗਾਂ ਹੇਠ ਸਿਰ ਕੰਬੇ, ਕਾਕੀ ਵਰਦੀਆਂ ਵਿੱਚ ਉਹ ਸੂਤ ਕੰਬੇ, ਉਹ ਰਤ ਪੀਂਦੇ ਸਨ ਜਿਹੜੇ ਵਿਦੋਸ਼ੀਆਂ ਦਾ, ਉਹ ਸਾਰੇ ਦੇ ਸਾਰੇ ਗਦਾਰ ਕੰਬੇ। ਮੇਰੇ ਨੌਜਵਾਨ ਵੀਰ ਬੈਠੇ ਹੋ, ਧਿਆਨ ਦਿਓ, ਹੁਣ ਮਹਾਂਪੁਰਖਾਂ ਨੇ ਹਥਿਆਰ ਚੁੱਕਣ ਵਾਸਤੇ ਕਹਿਣ ਲੱਗੇ ਸਿੰਘੋ, ਹੱਕ ਮੰਗਿਆ ਨਹੀਂ ਮਿਲਣੇ, ਹੱਕ ਲੈਣ ਵਾਸਤੇ ਸਾਨੂੰ ਹਥਿਆਰ ਚੁੱਕਣੇ ਪੈਣਗੇ। ਅਸੀਂ ਬਾਣੀ ਪੜ੍ਹਦੇ ਬੜੇ ਠੰਡੇ ਸਾਂ, ਪਰ ਸਾਨੂੰ ਤਪਾਇਆ ਗਿਆ। ਪਿਆਰਿਓ, ਜਦੋਂ ਸਿੱਖ ਵਿਰੋਧੀ ਤਾਕਤਾਂ ਸਿੱਖਾਂ ਦੇ ਸਿਰਾਂ ਪਰ ਚੜ੍ਹ ਕੇ ਨੱਚਣ ਲੱਗੀਆਂ, ਫਿਰ ਇਹਨਾਂ ਨੂੰ ਥੱਲੇ ਲਾਉਣ ਵਾਸਤੇ ਸਾਨੂੰ ਹਥਿਆਰ ਚੁੱਕਣੇ ਪੈ ਗਏ।
ते जिस दिन तो असीं हथियार चुक ले उस दिन तो सानू अतवादी वक्खवादी ते बागी आखिया गया। हाँ असीं बागी सी बागी हाँ ते बागी रहांगे। बागी क्यों हाँ असीं पुत्रां गुरु दशमेश जी दे कि कहिंदे आ सानू सरदार बागी ओए हक सच इंसाफ लई लड़दे रहे और ताइयों रिहा साडा किरदार बागी। बाबर नू जाबर कहण वाले साडे पातशाह नानक ननकार बागी औरंगजेब नाल जिन्हां दी खड़कदी रही धन गुरु गोबिंद सिंह कलगीधर बागी बंदा सिंह बागी दीप सिंह बागी और बारह मिसलां दे जथेदार बागी फूला सिंह बागी श्याम सिंह बागी और नलुआ हरी सिंह सपन सलार बागी और बागी केसरी रंग शहीदियां दा आ साडे सीस ते सजी दस्तार बागी और नाल लहू दे लिखिया इतिहास बागी लोकी आखदे ने साडे और चार बागी और जालम जुलम तो जदों तक नहीं मुड़दे होंदी रहूगी साडी तलवार बागी। और बागी बनन नूं साडा नहीं जी करदा सानू बनाउंदी आ जालम सरकार बागी। खैर प्यारियो हुण इस नरक धारीए ने जदों 13 सिंह शहीद किते ਤਾਂ ਉਸ ਤੋਂ ਬਾਅਦ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭੰਡਰਾਂ ਵਾਲਿਆਂ ਦੇ ਕਰਦੇ ਸਿੰਘਾਂ ਨੇ ਨਰਕ ਧਾਰੀਆਂ ਨੂੰ ਗੱਡੀ ਚਾੜ ਦਿੱਤਾ। ਇਹਦੇ ਮਗਰੇ ਇਹਦੇ 7 ਸਿਤਾਰਿਆਂ ਨੂੰ ਵੀ ਨਰਕ ਦੀਆਂ ਟਿਕਟਾਂ ਦਿੱਤੀਆਂ ਤੇ ਲਾਲਾ ਜਗਤ ਨਰੈਣ ਜੋ ਅਖਬਾਰਾਂ ਵਿੱਚ ਝੂਠੀਆਂ ਖਬਰਾਂ ਛਾਪਿਆ ਕਰਦਾ ਸੀ ਉਸ ਨੂੰ ਵੀ ਧੁਰ ਦੀਆਂ ਟਿਕਟਾਂ ਦੇ ਕੇ ਗੱਡੀ ਚਾੜ ਦਿੱਤਾ ਗਿਆ। ਹੁਣ ਸਾਰਾ ਕੁਝ ਵੇਖ ਕੇ ਦੇਸ਼ ਦੀ ਪ੍ਰਧਾਨ ਮੰਤਰੀ ਪਾਪਣ ਇੰਦਰਾ ਗਾਂਧੀ ਇਹ ਤੜ ਪੁੱਠੀ ਇਹਨੇ ਸੰਤਾਂ ਨੂੰ ਆਖਿਆ ਸਾਡੇ ਨਾਲ ਬੈਠ ਕੇ ਗੱਲਬਾਤ ਕੀਤੀ ਜਾਵੇ। ਮਹਾਂਪੁਰਖਾਂ ਨੇ ਅੱਗੋਂ ਜਵਾਬ ਦਿੱਤਾ ਕਿ ਤੁਸੀਂ ਸਾਡੇ 105 ਸਿੰਘ ਸ਼ਹੀਦ ਕੀਤੇ ਨੇ ਤੇ ਜਿਸ ਦਿਨ ਅਸੀਂ 106 ਮਾਰ ਲਵਾਂਗੇ ਉਸ ਦਿਨ ਬੈਠ ਕੇ ਗੱਲ ਕਰ ਲਵਾਂਗੇ। ਹੁਣ ਸਾਰਾ ਕੁਝ ਸੁਣ ਕੇ ਇਹਨੂੰ ਪਾਪਣ ਨੂੰ ਪਿਆ ਫਿਕਰ ਹੁਣ ਤੈਨੂੰ ਸੁਪਨੇ ਵੀ ਮਹਾਂਪੁਰਖਾਂ ਦੇ ਆਉਂਦੇ ਨੇ। ਇੱਕ ਦਿਨ ਇਹਨੇ ਆਪਣੇ ਆਲਾ ਅਫਸਰਾਂ ਦੀ ਮੀਟਿੰਗ ਬੁਲਵਾਈ। ਇਸ ਮੀਟਿੰਗ ਵਿੱਚ ਸ਼ਾਮਲ ਹੋਏ ਨੇ ਜਨਰਲ ਕੁਲਦੀਪ ਬਰਾੜ ਜਨਰਲ ਵੈਲਿਆ ਜਨਰਲ ਸੁੰਦਰ ਅਤੇ ਜਨਰਲ ਰਣਜੀਤ ਦਿਆਲ। ਇਹਨੇ ਮੀਟਿੰਗ ਕਰਦਿਆਂ ਹੋਇਆ ਆਖਿਆ ਬਈ ਮੈਨੂੰ ਭਿੰਡਰਾਂ ਵਾਲਾ ਚਾਹੀਦਾ ਭਿੰਡਰਾਂ ਵਾਲਾ ਮੇਰੇ ਅੱਗੇ ਚਾਹੇ ਜਿੰਦਾ ਪੇਸ਼ ਕਰੋ ਚਾਹੇ ਮੁਰਦਾ ਪੇਸ਼ ਕਰੋ ਮੈਨੂੰ ਭਿੰਡਰਾਂ ਵਾਲੇ ਤੋਂ ਖੌਫ ਹੁੰਦਾ ਪਰ ਭਿੰਡਰਾਂ ਵਾਲਾ ਮੇਰੇ ਅੱਗੇ ਜ਼ਰੂਰ ਪੇਸ਼ ਕਰੋ। ਹੁਣ ਪਿਆਰੀਓ ਅਸੀਂ ਗੱਲ ਕਰਨੀ ਉਹਨਾਂ ਮਹਾਨ ਬੰਬਾਂ ਦੀ ਆ ਇਤਿਹਾਸ ਜੂਨ 84 ਦਾ ਅਸੀਂ ਸਾਰੇ ਸਰਵਣ ਕਰ ਰਹੇ ਹਾਂ। ਸਾਡੇ ਤੋਂ ਪਹਿਲਾਂ ਸਾਡੇ ਸਤਿਕਾਰਯੋਗ ਵੀਰ ਜੀ ਨੇ ਵੀ ਵਿਸਤਾਰ ਦੇ ਵਿੱਚ ਸਾਨੂੰ ਸਾਰਿਆਂ ਨੂੰ ਦੱਸਿਆ ਪਰ ਗੱਲ ਕਰਨ ਜਾ ਰਹੀ ਹਾਂ ਉਸ ਮਹਾਨ ਯੋਧੇ ਭਾਈ ਜੁਗਰਾਜ ਸਿੰਘ ਤੂਫਾਨ ਦੀ। ਇਸ ਮਹਾਨ ਯੋਧੇ ਨੇ ਪਿਆਰੀਓ 18 ਸਾਲ ਦੀ ਉਮਰ ਵਿੱਚ ਸ਼ਹਾਦਤ ਦਾ ਜਾਮ ਪੀਤਾ। ਪਿਆਰੀਓ ਧੰਨ ਨੇ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਕੌਮ ਦੇ ਲੀਡਰ ਦੇ ਵਿੱਚ 3 ਗੁਣ ਹੋਣੇ ਬੜੇ ਜ਼ਰੂਰੀ ਨੇ। ਪਿਆਰੀਓ ਧਿਆਨ ਦਿਓ ਜਦੋਂ ਅਸੀਂ ਗੁਰੂ ਘਰ ਵਿੱਚ ਆ ਜਾਂਦੇ ਨਾ ਇੱਥੇ ਆ ਕੇ ਸਾਨੂੰ ਪੇਸ਼ੈਂਸ ਦੇ ਵਿੱਚ ਬੈਠਣਾ ਬਹੁਤ ਜ਼ਰੂਰੀ ਹੈ। ਇਸ ਕਰਕੇ ਹੱਥ ਬੰਨ ਕੇ ਬੇਨਤੀ ਹੈ ਕਿ ਇਕਾਗਰਤਾ ਬਣਾਈ ਰੱਖੋ। ਜੇ ਕਿਸੇ ਨੇ ਆ ਕਰਕੇ ਕਹਿਣਾ ਪਿਆਰੀਓ ਮੈਂ ਬੇਨਤੀ ਕਰਾਂ 3 ਗੁਣ ਹੋਣੇ ਜ਼ਰੂਰੀ ਨੇ। ਇੱਕ ਤਾਂ ਕੌਮ ਦਾ ਲੀਡਰ ਪ੍ਰਚਾਰਕ ਹੋਣਾ ਚਾਹੀਦਾ ਜੋ ਦਲੀਲ ਦੇ ਸਕੇ। ਦੂਜਾ ਉਸ ਦੀ ਆ ਸੋਚ ਰਾਜਨੀਤਿਕ ਹੋਣੀ ਚਾਹੀਦੀ ਹੈ ਤੇ ਤੀਜਾ ਜਵਾਬ ਰੱਖਦਾ ਹੋਣਾ ਚਾਹੀਦਾ ਹੈ। ਸੰਤਾਂ ਦੇ ਵਿੱਚ 3 ਗੁਣ ਹੀ ਸਨ। ਜੇ ਕਿਸੇ ਨੇ ਆ ਕੇ ਕਹਿਣਾ ਸੰਤ ਜੀ ਇਹ ਸਰਕਾਰਾਂ ਤੁਹਾਨੂੰ ਮਾਰਨਾ ਚਾਹੁੰਦੀਆਂ ਨੇ ਮਹਾਂਪੁਰਖਾਂ ਨੇ ਆਖਣਾ ਸਿੰਘੋ ਮੈਂ ਤੇ ਆਪ ਮਰਨਾ ਚਾਹੁੰਦਾ। ਜੇ ਕਿਸੇ ਨੇ ਆਖਣਾ ਕਿ ਤੁਸੀਂ ਆਪਣੇ ਘਰ ਵੱਲ ਧਿਆਨ ਨਹੀਂ ਦਿੰਦੇ ਘਰ ਦਾ ਕੋਠਾ ਡਿੱਗਣ ਵਾਲਾ ਮਹਾਂਪੁਰਖਾਂ ਨੇ ਆਖਣਾ ਕਿ ਜਿਹੜਾ ਬੰਦਾ ਆਪਣੇ ਘਰ ਵੱਲ ਧਿਆਨ ਦੇਣ ਲੱਗ ਜਾਵੇ ਨਾ ਫਿਰ ਉਹ ਕੌਮ ਦਾ ਕੁਝ ਨਹੀਂ ਸਵਾਰ ਸਕਦਾ। ਪਿਆਰੀਓ ਸਾਨੂੰ ਇੰਟਰਨੈਟ ਦੇ ਉੱਪਰ 41 ਲੈਕਚਰ ਸੁਣਨ ਵਾਸਤੇ ਮਿਲਣਗੇ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਆਪਣੇ ਨਾਮ ਦੇ ਨਾਲ ਇੱਕ ਵੀ ਲੈਕਚਰ ਦੇ ਵਿੱਚ ਆਪਣੇ ਧਰਮ ਦੇ ਪਿਤਾ ਸਤਿਕਾਰਯੋਗ ਬਾਪੂ ਜੋਗਿੰਦਰ ਸਿੰਘ ਜੀ ਦਾ ਨਾਮ ਨਹੀਂ ਸੀ ਲਾਇਆ ਕਿਉਂਕਿ ਪਿਆਰਿਓ ਅੰਮ੍ਰਿਤਧਾਰੀ ਸਿੰਘ ਸਿੰਘਣੀ ਦਾ ਪਿਤਾ ਕਲਗੀਆਂ ਵਾਲਾ ਪਾਤਸ਼ਾਹ ਅਤੇ ਮਾਤਾ ਹੈ ਮਾਤਾ ਸਾਹਿਬ ਕੌਰ। ਸੰਤਾਂ ਨੇ ਜੇ ਕਿਸੇ ਵੀ ਦੁਸ਼ਟ ਨੂੰ ਸੋਧਣੇ ਦੀ ਗੱਲ ਕੀਤੀ ਹੈ ਮਹਾਂਪੁਰਖਾਂ ਨੇ ਇਹੀ ਕਹਿਣਾ ਕਿ ਸਿੰਘੋ ਜੇ ਮੈਂ ਆਏ ਦੀ ਆਏ ਨਾ ਕਰ ਗਿਆ ਨਾ ਤਾਂ ਮੈਨੂੰ ਕਲਗੀਆਂ ਵਾਲੇ ਦਾ ਪੁੱਤ ਨਾ ਆਖਿਓ। ਜੁਗਰਾਜ ਸਿੰਘ ਤੂਫਾਨ ਇਸ ਸੂਰਮੇ ਦਾ ਜਨਮ ਜ਼ਿਲ੍ਹਾ ਗੁਰਦਾਸਪੁਰ ਪਿੰਡ ਚੀਮਾ ਖੁੱਡੀ ਵਿਖੇ ਹੋਇਆ। ਬਾਪੂ ਮੋਹਿੰਦਰ ਸਿੰਘ ਜੀ ਦੇ ਘਰ
माता हरबंस कौर जी की कुखों, माता हरबंस कौर नूं सत्तां धीआं दे मगरों एक पुत्तर की दात प्राप्त हुई। जुगां तक जीवन जोगे का नाम रखिया गया जुगराज सिंह। सत्तां भैणां नूं एक वीर मिलिया है। भैणां अपने वीर नाल बड़ा प्यार करदियां ने। जदों 1978 का काम वापरिया उस समय जुगराज सिंह तूफान की उम्र प्यारियो 6 साल की सी। हुण 6 सालों का जुगराज सिंह अपनी माँ की गोदी विच बैठा, माँ दे गल नूं बाहां पाईआं ते कहण लगा, माँ मैनूं दस सकदी है कि उह 13 सिंह शहीद क्यों कीते गए? आ प्यारियो मारियो हुण अपने घरां वल झातियां, मेरे नौजवान वीर बैठे हो अपने मना वल झातियां मार के वेखियो, 16 16 26 26 साल के नौजवान बैठे हो, कदे तुसी अपनी माता नूं पुछिया कि माँ कौम दे नाल धक्का क्यों हो रहा, सिंह क्यों शहीद किए जाते ने? जड़ा सिंह सच ली आवाज़ उठाता है उन्हें जेलों में बंद क्यों किया जाता? पर जुगराज सिंह तूफान 6 साल की उम्र तोतरी जी आवाज़ पुछ रहा, माँ मैं दस टीवी के उपर भी खबर आ रही कि 13 सिंह शहीद किया गया, माँ मैं दस इन्हों सिंह क्यों शहीद किया गया? माता हरबंस कौर आखती है कि मैं अपने पुत्र नूं कोई जवाब ना दे पाई, मेरिया अखा दे विचों हंजुआं दी चढ़ी लग गई, मैं बस फड़ी अपने पुत्र नूं नाल लिया, पहुंची आ गुरद्वारा गुरदर्शन प्रकाश मैदे विखे। इत्थे महापुरख बैठे ने, संगतां बैठियां ने, सिंह विराजमान ने, ते माता हरबंस कौर लै के गई अपने लाल नूं नाल, ते संतां मोहरे खड़ा किया, आखण लगी हाथ जोड़ के, माता कि संत जी आ जुगराज सिंह 13 सिंह की शहादत बारे पुछ रहा, मैंने जवाब नहीं दे पाई। और संतां ने जुगराज सिंह नूं अपनी गोद विच बिठाया, बड़ा प्यार किया। हुण जुगराज सिंह संतां दे नाल जो सवाल जवाब कर रहा, उन्हां सतरां नूं दलेर कौर खालसा दे ढाडी जत्थे पासों इहो श्रवण करो जी। शहीद जालमा
के शहीद जार बार तेरा गुरु सिख गुरु के प्यारे कितने जो शहीद जार शहीद जाल भाई तेरा गुरु सिख गुरु के प्यारे कित जो शहीद जाल भाई तेरा गुरु सिख गुरु के प्यारे कित जो शहीद जाल प्यारियो संता ने धर्म जो मोर्चे का अनाउंस किया उस समय एक प्रेस रिपोर्टर आया महापुरखों के कोल संत जी असी सुनते हैं तुम बंब बनाते हो संत जी कह लगे हाँ बनाने ਕਹਿਣ ਲੱਗਾ ਪਰ ਤੁਹਾਡੀ ਬੰਬਾਂ ਵਾਲੀ ਫੈਕਟਰੀ ਕਿੱਥੇ ਸੰਤ ਜੀ ਕਹਿਣ ਲੱਗੇ ਸਾਡੀ ਬੰਬਾਂ ਵਾਲੀ ਫੈਕਟਰੀ ਦੀਆਂ ਬ੍ਰਾਂਚਾਂ ਹੁਣ ਪਿੰਡ ਪਿੰਡ ਵਿੱਚ ਖੁੱਲ ਚੁੱਕੀਆਂ ਨੇ ਇਹ ਕਹਿਣ ਲੱਗਾ ਕਹਿਣਾ ਕੀ ਚਾਹੁੰਦੇ ਹੋ ਸੰਤ ਜੀ ਕਹਿਣ ਲੱਗੇ ਲੈ ਫਿਰ ਸੁਣ ਉਹ ਆਨੰਦਪੁਰ ਸਾਹਿਬ ਕੇਸਗੜ ਸਾਹਿਬ ਉੱਥੇ ਸਰਬ ਲੋਹੇ ਦੇ ਬਾਟੇ ਦੇ ਵਿੱਚ ਪਾਇਆ ਗਿਆ ਨਿਰਮਲ ਜਲ ਉਹਦੇ ਵਿੱਚ ਪਾਏ ਗਏ ਪਤਾਸੇ ਘੁਮਾਇਆ ਗਿਆ ਖੰਡਾ ਪੜੀਆਂ ਗਈਆਂ ਪੰਜ ਬਾਣੀਆਂ ਫਿਰ ਕੀਤਾ ਗਿਆ ਅੰਮ੍ਰਿਤ ਤਿਆਰ ਤੇ ਜਿਸਨੇ ਵੀ ਉਸ ਖੰਡੇ ਬਾਟੇ ਦੇ ਅੰਮ੍ਰਿਤ ਦੇ ਵਿੱਚੋਂ ਅੰਮ੍ਰਿਤ ਦੇ ਪੰਜ ਘੁੱਟ ਛਕੇ ਉਹ ਤੁਰਦਾ ਫਿਰਦਾ ਬੰਬ ਬਣ ਗਿਆ ਕੱਲਾ ਕੱਲਾ ਸਿੰਘ ਸਵਾ ਸਵਾ ਲੱਖ ਦੇ ਨਾਲ ਜੂਝਿਆ ਗੱਲ ਕਰ ਰਹੇ ਆਪਾਂ ਜੁਗਰਾਜ ਸਿੰਘ ਤੂਫਾਨ ਦੀ ਇਸ ਬੰਬ ਦੀ ਤਾਂ ਪਿਆਰਿਓ ਹੁਣ ਜੂਨ 84 ਆਇਆ ਆ ਦਿੱਲੀ ਸਿੱਖਾਂ ਦੇ ਸਿਰ ਉੱਪਰ ਚੜ੍ਹ ਕੇ ਬੋਲਣ ਲੱਗੀ ਆ ਸਰਕਾਰ ਸਿੱਖਾਂ ਦੀ ਖੂਨ ਦੀ ਪਿਆਸੀ ਉੱਠੀ ਇਹਨਾਂ ਨੇ ਸਾਡੇ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਟੈਂਟਰੀ ਕਰ ਦਿੱਤਾ ਹੁਣ ਪਿਆਰਿਓ ਸਾਡੇ ਢੱਠੇ ਹੋਏ ਅਕਾਲ ਤਖ਼ਤ ਸਾਹਿਬ ਦੇ ਦਰਸ਼ਨਾਂ ਵਾਸਤੇ ਸੰਗਤਾਂ ਜਥਿਆਂ ਦੇ ਰੂਪ ਵਿੱਚ ਦਰਸ਼ਨ ਕਰਨ ਵਾਸਤੇ ਜਾਂਦੀਆਂ ਤਾਂ ਇੱਕ ਦਿਨ ਭਾਈ ਜੁਗਰਾਜ ਸਿੰਘ ਤੂਫਾਨ ਦੀ ਵੱਡੀ ਭੈਣ ਵੀ ਜਥੇ ਸਮੇਤ ਗਈ ਹੈ ਅਕਾਲ ਤਖ਼ਤ ਸਾਹਿਬ ਦੇ ਦਰਸ਼ਨਾਂ ਵਾਸਤੇ ਅਤੇ ਜਦੋਂ ਭੈਣ ਵਾਪਸ ਘਰ ਆਈ ਦਰਸ਼ਨ ਕਰਕੇ ਜੁਗਰਾਜ ਸਿੰਘ ਤੂਫਾਨ ਦੀ ਉਮਰ ਪਿਆਰੀ 12 ਸਾਲ ਦੀ ਸੀ ਉਸ ਸਮੇਂ ਜੁਗਰਾਜ ਸਿੰਘ ਤੂਫਾਨ ਨੇ ਅੰਮ੍ਰਿਤਪਾਨ ਕੀਤਾ ਅਤੇ ਜੁਗਰਾਜ ਸਿੰਘ ਤੂਫਾਨ ਨੇ ਆਉਂਦੇ ਹੀ ਆਪਣੀ ਭੈਣ ਦੀ ਬਾਂਹ ਫੜੀ ਕਹਿਣ ਲੱਗਾ ਭੈਣੇ ਮੈਨੂੰ ਵੀ ਦੱਸ ਕਿ ਜ਼ਾਲਮਾਂ ਨੇ ਕਿੰਨਾ ਕੁ ਨੁਕਸਾਨ ਕੀਤਾ ਸਾਡੇ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਉੱਥੇ ਕਿੰਨੀਆਂ ਕੁ ਗੋਲੀਆਂ ਦਾਗੀਆਂ ਗਈਆਂ ਕਿੰਨੇ ਸਿੰਘ ਸ਼ਹੀਦ ਕੀਤੇ ਗਏ ਜੁਗਰਾਜ ਸਿੰਘ ਤੂਫਾਨ ਦੀ ਭੈਣ ਕਹਿੰਦੀ ਹੈ ਕਿ ਮੈਂ ਹੱਸ ਕੇ ਕਹਿ ਦਿੱਤਾ ਜੁਗਰਾਜ ਸਿਆ ਤੂੰ ਪੁੱਛ ਕੇ ਕੀ ਲੈਣਾ ਅਤੇ ਅੱਗੋਂ ਜੁਗਰਾਜ ਸਿੰਘ ਕਹਿਣ ਲੱਗਾ ਭੈਣੇ ਜੇ ਤੂੰ ਮੈਨੂੰ ਨਾ ਦੱਸਿਆ ਨਾ ਮੈਂ ਖੁਦ ਚਲਿਆ ਜਾਵਾਂਗਾ ਦੋ ਦਿਨ ਨਹੀਂ ਬੀਤੇ ਤੀਜੇ ਦਿਨ ਜੁਗਰਾਜ ਸਿੰਘ ਨੇ ਜਿੱਦ ਕਰਨੀ ਸ਼ੁਰੂ ਕੀਤੀ ਹੈ ਮੈਨੂੰ ਅੱਜ ਹੀ ਦਰਬਾਰ ਸਾਹਿਬ ਦੇ ਦਰਸ਼ਨਾਂ ਵਾਸਤੇ ਲੈ ਕੇ ਜਾਵੋ ਹੁਣ ਜੁਗਰਾਜ ਸਿੰਘ ਤੂਫਾਨ ਦੀ ਵੱਡੀ ਭੈਣ ਵੀ ਘਰ ਆਈ ਹੋਈ ਸੀ ਜਿਸ ਦਾ ਗੁਰਦਾਸਪੁਰ ਇਲਾਕੇ ਦੇ ਵਿੱਚ ਪਿਆਰੀ ਆਨੰਦ ਕਾਰਜ ਹੋਇਆ ਸੀ ਹੁਣ ਇਹ ਭੈਣ ਆਨਾ ਬਹਾਨਾ ਲਗਾ ਕਰਕੇ ਆਪਣੇ ਵੀਰ ਨੂੰ ਆਪਣੇ ਸਹੁਰੇ ਪਿੰਡ ਲਿਆਈ ਅਤੇ ਜੁਗਰਾਜ ਸਿੰਘ ਤੂਫਾਨ ਜਦੋਂ ਆਇਆ ਆਪਣੇ ਭੈਣ ਦੇ ਸਹੁਰੇ ਘਰ ਇੱਥੇ ਹੁਣ ਇੱਕ ਦਿਨ ਰਿਹਾ ਭੈਣ ਦੇ ਕੋਲ ਅਗਲੇ ਦਿਨ ਕਹਿਣ ਲੱਗਾ ਭੈਣੇ ਤੂੰ ਤਾਂ ਮੈਨੂੰ ਆਖਿਆ ਸੀ ਕਿ ਮੈਂ ਤੈਨੂੰ ਛੇਤੀ ਦਰਬਾਰ ਸਾਹਿਬ ਲੈ ਕੇ ਜਾਵਾਂਗੀ ਅਤੇ ਮੈਨੂੰ ਹੁਣੇ ਦਰਬਾਰ ਸਾਹਿਬ ਲੈ ਕੇ ਜਾ ਅਤੇ ਭੈਣ ਕਹਿੰਦੀ ਕਿ ਹੁਣ ਮੈਂ ਆਪਣੇ ਪਤੀ ਸਤਵੰਤ ਸਿੰਘ ਨੂੰ ਆਖਿਆ ਕਿ ਜੁਗਰਾਜ ਸਿੰਘ ਨੂੰ ਦਰਬਾਰ ਸਾਹਿਬ ਦੇ ਦਰਸ਼ਨ ਕਰਵਾ ਕੇ ਲੈ ਕੇ ਆਵੋ ਹਾਂ ਇਹਨੂੰ ਉੱਥੇ ਇਕੱਲੇ ਨੂੰ ਨਾ ਛੱਡ ਕੇ ਆਇਓ ਕਿਉਂਕਿ ਭੈਣ ਜਾਣਦੀ ਸੀ ਆਪਣੇ ਵੀਰੇ ਦੇ ਖਿਆਲਾਂ ਬਾਰੇ ਅਤੇ ਹੁਣ ਜੁਗਰਾਜ ਸਿੰਘ ਆਏ ਇਹਨੇ ਜਾ ਕੇ ਜਦੋਂ ਆਪਣੇ ਦਰਬਾਰ ਸਾਹਿਬ ਅਤੇ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਦਰਸ਼ਨ ਕੀਤੇ ਜੁਗਰਾਜ ਸਿੰਘ ਦੀਆਂ ਭੁੱਬਾਂ ਨਿਕਲ ਗਈਆਂ ਹੁਣ ਜੁਗਰਾਜ ਸਿੰਘ ਨੇ 12 ਸਾਲ ਦੀ ਉਮਰ ਵਿੱਚ ਕੀਤਾ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਵਿੱਚ ਅਰਦਾਸਾ ਕਿ ਪਾਛਾ ਮੇਰੇ ਸਿਰ ਦੇ ਉੱਪਰ ਮੇਰ ਭਰਿਆ ਹੱਥ ਰੱਖ ਦਿਓ ਹੁਣ
ਹੁਣ ਮੈਂ ਉਹਨਾਂ ਦੁਸ਼ਟਾਂ ਨੂੰ ਸੋਧਾਂਗਾ ਜਿਨ੍ਹਾਂ ਨੇ ਸਾਡੇ ਗੁਰੂ ਘਰ ਦੀ ਬੇਅਦਬੀ ਕੀਤੀ। ਹੁਣ ਜੁਗਰਾਜ ਸਿੰਘ ਤੂਫਾਨ ਨੇ ਪੜਦੇ ਪੜਦੇ ਨੇ ਹਥਿਆਰ ਰੱਖਣੇ ਸ਼ੁਰੂ ਕੀਤੇ, ਇਹ ਹਥਿਆਰਾਂ ਦੀ ਪੂਜਾ ਕਰਨ ਲੱਗਿਆ। ਜੁਗਰਾਜ ਸਿੰਘ ਤੂਫਾਨ ਦੇ ਪਿੰਡ ਦੇ ਬਾਹਰ ਬਾਹਰ ਇੱਕ ਖਰਬੂਜਿਆਂ ਦਾ ਬਾੜਾ ਸੀ, ਇਹਦੇ ਨਾਲ ਇਹਦੇ ਸੱਥ ਸਾਥੀ ਹੋਰ ਸਨ। ਇਹਨਾਂ ਨੇ ਪਹਿਲਾਂ ਸਵੇਰ ਨੂੰ ਜਾ ਕਰਕੇ ਖਰਬੂਜਿਆਂ ਦੀਆਂ ਬੇਲਾਂ ਵਿੱਚ ਹਥਿਆਰ ਲੁਕੋ ਦੇਣੇ, ਫਿਰ ਸਕੂਲ ਪੜ੍ਹਨ ਵਾਸਤੇ ਜਾਣਾ, ਮੁੜ ਕੇ ਵਾਪਸ ਆਉਂਦਿਆਂ ਹੋਇਆਂ ਪਹਿਲਾਂ ਖਰਬੂਜੇ ਖਾਣੇ, ਫਿਰ ਉਹਨਾਂ ਬੇਲਾਂ ਦੇ ਵਿੱਚੋਂ ਹਥਿਆਰ ਚੁੱਕ ਲੈਣੇ ਅਤੇ ਚਲੇ ਜਾਣਾ ਦੁਸ਼ਟਾਂ ਨੂੰ ਸੋਧਣ ਵਾਸਤੇ, ਅਤੇ ਰਾਤ ਨੂੰ ਘਰ ਬੈਠ ਜਾਣਾ, ਸਵੇਰ ਨੂੰ ਫਿਰ ਉੱਥੇ ਹਥਿਆਰ ਲੁਕੋ ਦੇਣੇ। ਇੱਕ ਦਿਨ ਬਾੜੇ ਦੇ ਮਾਲਕ ਨੂੰ ਲੱਗ ਗਿਆ ਪਤਾ ਇਹਨੇ ਕਰ ਲਈ ਗਦਾਰੀ, ਕਿਉਂਕਿ ਪਿਆਰੀਓ ਜਦੋਂ ਵੀ ਸਾਨੂੰ ਮਾਰ ਪੈਂਦੀ ਹੈ ਨਾ, ਆਪਣਿਆਂ ਤੋਂ ਮਾਰ ਪੈਂਦੀ ਹੈ। ਸ਼ਾਇਰ ਬੜਾ ਸੁੰਦਰ ਕਹਿੰਦਾ, ਕਹਿੰਦਾ ਰੁੱਖ ਰੋਪਿਆ ਕੁਹਾੜੇ ਵਿੱਚ ਦੇਖ ਦਸਤਾ, ਉਹ ਤੱਕ ਜੜਾਂ ਨੂੰ ਲਾਇਆ ਤਾਂ ਆਪਣੇ ਨੇ, ਬੁਲਬੁਲ ਰੋਪੀ ਮਾਲੀ ਦੇ ਹੱਥ ਵੇਖ ਸੂਈ, ਛੇਕ ਫੁੱਲਾਂ ਵਿੱਚ ਪਾਇਆ ਤਾਂ ਆਪਣੇ ਨੇ, ਮੁਰਦਾ ਰੋਪਿਆ ਬਦਲਦੀ ਵੇਖ ਦੁਨੀਆ, ਲਾਂਬੂ ਚਿਖਾਂ ਨੂੰ ਲਾਇਆ ਤਾਂ ਆਪਣੇ ਨੇ, ਉਹ ਬਾਜਾਂ ਵਾਲੇ ਦੇ ਪੁੱਤ ਸ਼ਹੀਦ ਹੋ ਗਏ ਨੀਹਾਂ ਵਿੱਚ ਚਣਵਾਇਆ ਤਾਂ ਆਪਣੇ ਨੇ। ਹੁਣ ਇਹਨੇ ਬਾੜੇ ਦੇ ਮਾਲਕ ਨੇ ਥਾਣੇ ਫੋਨ ਕੀਤਾ ਕਿ ਜੁਗਰਾਜ ਸਿੰਘ ਤੂਫਾਨ ਅਤੇ ਉਹਦੇ ਸਾਥੀਆਂ ਨੂੰ ਗ੍ਰਿਫਤਾਰ ਕਰ ਲਵੋ, ਇਹ ਹਥਿਆਰ ਰੱਖਦੇ ਨੇ ਮੇਰੇ ਬਾੜੇ ਦੇ ਵਿੱਚ, ਅਤੇ ਫਿਰ ਇਹੀ ਦੁਸ਼ਟਾਂ ਨੂੰ ਸੋਧੇ ਲਾਉਂਦੇ ਨੇ। ਹੁਣ ਜਦੋਂ ਪੁਲਿਸ ਵਾਲੇ ਆਏ ਅਤੇ ਬਾੜੇ ਦੇ ਮਾਲਕ ਨੇ ਇਹਨਾਂ ਨੂੰ ਆਪਣੇ ਬਾੜੇ ਦੇ ਵਿੱਚ ਲੁਕੋ ਦਿੱਤਾ ਚਾਰੇ ਪਾਸੇ, ਅਤੇ ਜਦੋਂ ਜੁਗਰਾਜ ਸਿੰਘ ਆਇਆ, ਅੱਜ ਇਸ ਬਾੜੇ ਦੇ ਮਾਲਕ ਨੇ ਜੁਗਰਾਜ ਸਿੰਘ ਤੂਫਾਨ ਅਤੇ ਉਹਦੇ ਸਾਥੀਆਂ ਨੂੰ ਬੜੇ ਪਿਆਰ ਦੇ ਨਾਲ ਖਰਬੂਜੇ ਖਵਾਏ, ਅਤੇ ਜਦੋਂ ਇਹਨਾਂ ਨੇ ਖਰਬੂਜੇ ਖਾਧੇ ਉਸ ਸਮੇਂ ਇਹਨੇ ਲੁਕੀ ਹੋਈ ਪੁਲਿਸ ਨੂੰ ਕੀਤਾ ਇਸ਼ਾਰਾ, ਅਤੇ ਪੁਲਿਸ ਵਾਲਿਆਂ ਨੇ ਆ ਕੇ ਭਾਈ ਜੁਗਰਾਜ ਸਿੰਘ ਤੂਫਾਨ ਅਤੇ ਉਹਦੇ ਸਾਥੀਆਂ ਨੂੰ ਫੜ ਲਿਆ, ਅਤੇ ਇਤਿਹਾਸਕਾਰ ਕਹਿੰਦੇ ਨੇ ਜੁਗਰਾਜ ਸਿੰਘ ਤੂਫਾਨ ਉਹਨਾਂ ਦੇ ਸੀਸ ਦੇ ਉੱਪਰ ਛੋਟੀਆਂ ਛੋਟੀਆਂ ਕੇਸਰੀ ਰੰਗ ਦੀਆਂ ਦਸਤਾਰਾਂ ਬੱਧੀਆਂ ਹੋਈਆਂ ਸਨ, ਤਾਂ ਇਹਨਾਂ ਪੁਲਿਸ ਵਾਲਿਆਂ ਨੇ ਉਹਨਾਂ ਦੀਆਂ ਦਸਤਾਰਾਂ ਲਵਾ ਕੇ ਇਹਨਾਂ ਦੇ ਹੱਥ ਬੰਨੇ ਨੇ, ਆਪਣੀਆਂ ਜੀਪਾਂ ਮਗਰ ਇਹਨਾਂ ਨੂੰ ਬੰਨ ਲਿਆ, ਅਤੇ ਇਹਨਾਂ ਨੂੰ ਘੜੀਸਦੇ ਹੋਏ ਪਿੰਡ ਦੇ ਬਾਹਰ ਬਾਹਰ ਲੈ ਕੇ ਜਾ ਰਹੇ ਨੇ। ਅਤੇ ਜਦੋਂ ਪਿੰਡ ਦੇ ਮੋਤਵਾਰ ਬੰਦਿਆਂ ਨੂੰ ਪਤਾ ਲੱਗਿਆ ਇਹ ਸਾਰੇ ਜਾਣੇ ਆਏ, ਕਿਉਂਕਿ ਜੁਗਰਾਜ ਸਿੰਘ ਹਰ ਇੱਕ ਦਾ ਹਰਮਨ ਪਿਆਰਿਆ ਸੀ, ਹਰ ਇੱਕ ਦੇ ਦਿਲ ਦੇ ਵਿੱਚ ਜਗ੍ਹਾ ਬਣਾਈ ਬੈਠਾ ਸੀ। ਅਤੇ ਜਦੋਂ ਪਿੰਡ ਦੇ ਬੰਦਿਆਂ ਨੇ ਆ ਕੇ ਪੁਲਿਸ ਵਾਲੀਆਂ ਦੀਆਂ ਗੱਡੀਆਂ ਦੇ ਮੋਹਰੇ ਆਪਣੇ ਟਰੈਕਟਰ ਖੜ੍ਹੇ ਕੀਤੇ, ਤਾਂ ਉੱਤਰ ਕੇ ਆ ਕੇ ਕਹਿੰਦੇ ਨੇ ਆ ਜਿਹੜੇ ਸਾਡੇ ਬੱਚੇ ਨੇ ਨਾ, ਇਹਨਾਂ ਦੇ ਛੇਤੀ ਹੱਥ ਖੋਲੋ, ਇਹਨਾਂ ਨੂੰ ਗੱਡੀਆਂ ਵਿੱਚ ਬਿਠਾਓ, ਜੇ ਇਹਨਾਂ ਨੇ ਕੋਈ ਗਲਤੀ ਕੀਤੀ ਹੈ ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ, ਪਰ ਇਹਨਾਂ ਨੂੰ ਘੜੀਸ ਕੇ ਨਾ ਲੈ ਕੇ ਜਾਓ, ਆਪਣੀਆਂ ਗੱਡੀਆਂ ਵਿੱਚ ਬਿਠਾ ਕੇ ਫਿਰ ਥਾਣੇ ਲੈ ਕੇ ਜਾਓ। ਹੁਣ ਜੁਗਰਾਜ ਸਿੰਘ ਤੂਫਾਨ ਅਤੇ ਉਹਦੇ ਸਾਥੀਆਂ ਨੂੰ ਗੱਡੀ ਵਿੱਚ ਬਿਠਾਇਆ ਗਿਆ ਅਤੇ ਬਟਾਲੇ ਥਾਣੇ ਦੇ ਵਿੱਚ ਲੈ ਕੇ ਆਉਂਦਾ ਗਿਆ। ਅਤੇ ਹੁਣ ਇੱਥੇ ਜਦੋਂ ਮਗਰ ਮਾਂ ਨੂੰ ਪਤਾ ਲੱਗਿਆ ਕਿ ਮੇਰੇ ਜੁੱਗਾਂ ਤੱਕ ਜਿਉਣ ਜੋਗੇ ਨੂੰ ਘੜੀਸਿਆ ਗਿਆ ਗੱਡੀ ਮਗਰ ਪਾ ਕੇ, ਉਸਦੀ ਕੁੱਟਮਾਰ ਕੀਤੀ ਗਈ, ਮਾਂ ਦੀਆਂ ਭੁੱਬਾਂ ਨਿਕਲ ਗਈਆਂ। ਹੁਣ ਵੱਡੀ ਭੈਣ ਨੇ ਦੁੱਧ ਤਿਆਰ ਕੀਤਾ, ਰਾਤ ਨੂੰ ਆਪਣੇ ਪਿੰਡ ਦੇ ਸਰਪੰਚ ਨੂੰ ਨਾਲ ਲੈ ਕੇ ਪਹੁੰਚੀ ਹੈ ਬਟਾਲੇ ਥਾਣੇ ਦੇ ਵਿੱਚ, ਇੱਥੇ ਜਿੱਥੇ ਜੁਗਰਾਜ ਸਿੰਘ ਤੂਫਾਨ ਅਤੇ ਉਹਦੇ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਸੀ, ਆਪਣੇ ਵੀਰੇ ਵਾਸਤੇ ਦੁੱਧ ਲੈ ਕੇ ਆਈ ਹੈ। ਭੈਣਾਂ ਨੂੰ ਬੜਾ ਪਿਆਰ ਹੁੰਦਾ ਆਪਣੇ ਵੀਰਿਆਂ ਦੇ ਨਾਲ, ਬਹੁਤ ਪਿਆਰ ਕਰਦੀਆਂ ਨੇ ਆਪਣੇ ਵੀਰਿਆਂ ਦੇ ਨਾਲ, ਅਤੇ ਭੈਣ ਬੜੀਆਂ ਰੀਝਾਂ ਦੇ ਨਾਲ ਆਪ ਦੁੱਧ ਗਰਮ ਕਰਕੇ ਲੈ ਕੇ ਆਈ ਹੈ। ਅਤੇ ਜਦੋਂ ਭੈਣ ਨੇ ਆ ਕੇ ਜੁਗਰਾਜ ਸਿੰਘ ਮੋਹਰੇ ਉਹ ਦੁੱਧ ਦਾ ਗੜਵਾ ਕੀਤਾ, ਥਾਣੇਦਾਰ ਨੇ ਸੋਟੀ ਮਾਰੀ ਦੁੱਧ ਦੇ ਗੜਵੇ ਦੇ ਉੱਪਰ, ਅਤੇ ਦੁੱਧ ਦਾ ਗੜਵਾ ਧਰਤੀ ਉੱਪਰ ਡਿੱਗਿਆ, ਦੁੱਧ ਡੁੱਲ ਗਿਆ, ਭੈਣ ਦੀਆਂ ਭੁੱਬਾਂ ਨਿਕਲ ਗਈਆਂ। ਪਿਆਰੀ ਜਦੋਂ ਕਿਸੇ ਭੈਣ ਦੇ ਸਾਹਮਣੇ ਥਾਣੇਦਾਰ ਉਸਦੇ ਵੀਰ ਨੂੰ ਦੁੱਧ ਪਿਆਉਣ ਤੋਂ ਮਨਾ ਕਰ ਦੇਵੇ, ਉਹ ਤਾਂ ਉਹ ਭੈਣ ਹੀ ਜਾਣਦੀ ਹੈ ਕਿ ਉਸਦੇ ਦਿਲ ਦੇ ਉੱਪਰ ਕੀ ਬੀਤਦੀ ਹੈ। ਹੁਣ ਜਦੋਂ ਜੁਗਰਾਜ ਸਿੰਘ ਤੂਫਾਨ ਅਤੇ ਇਹਦੇ ਸਾਥੀਆਂ ਨੂੰ ਸੰਗਰੂਰ ਜੇਲ੍ਹ ਵਿੱਚ ਭੇਜ ਦਿੱਤਾ ਗਿਆ, ਤਾਂ ਛੋਟੀ ਭੈਣ ਨੇ ਪੈਰਵਾਈ ਕੀਤੀ ਕਿ ਮੇਰਾ ਵੀਰ ਨਾਬਾਲਗ ਹੈ, ਇਸ ਨੂੰ ਬੱਚਿਆਂ ਵਾਲੀ ਜੇਲ੍ਹ ਵਿੱਚ ਰੱਖਿਆ ਜਾਵੇ। ਤਾਂ ਹੁਣ ਭੈਣ ਦੀ ਪੈਰਵਾਈ 'ਤੇ ਗੌਰ ਕਰਦਿਆਂ ਹੋਇਆਂ ਜੁਗਰਾਜ ਸਿੰਘ ਅਤੇ ਇਹਦੇ ਸਾਥੀਆਂ ਨੂੰ ਹੁਸ਼ਿਆਰਪੁਰ ਬੱਚਿਆਂ ਵਾਲੀ ਜੇਲ੍ਹ ਵਿੱਚ ਭੇਜਿਆ ਗਿਆ। ਹੁਣ ਇੱਥੇ ਜੁਗਰਾਜ ਸਿੰਘ ਤੂਫਾਨ ਅਤੇ ਇਹਦੇ ਨਾਲ ਦੇ ਸਾਥੀਆਂ ਨੇ ਪਿਓਤਬੰਦੀ ਬਣਾਈ ਹੈ। ਪਿਆਰੀਓ ਇਸ ਸੂਰਮੇ ਦੇ ਨਾਮ ਨਾਲ ਬਹੁਤ ਹੀ ਵੱਡਾ ਨਾਮ ਲੱਗਾ ਹੈ ਤੂਫਾਨ, ਅਤੇ ਤੂਫਾਨ ਕਿੱਦਾਂ ਲੱਗਾ, ਇਹ ਯੋਧਾ
12 साल की उम्र में अपने सात साथियों नू नाल लेके जेल दे विचो बाबर होले वांग फरार होया। इन्होंने आके दुष्ट सोधने शुरू किए ने ते जुगराज सिंह तूफान दा हर कोई सत्कार करता सी भाई जुगराज सिंह तूफान के इलाके की पुलिस भी कदे भी जुगराज सिंह तूफान को गिरफ्तार करने वास्ते नहीं सी आई। वह भी जुगराज सिंह तूफान का सत्कार करया करती सी। शायर कहता है वो कौन पुछदा कामा ते कुत्तिया नू पिंजरे बद हमेशा। इतने आके इन्हें पिंड के बंदिया नू बहुत माड़े बोल बोले धीया भैणा नू गंदियां गंदियां गाला कढ़िया। कहिंदा कित्थे रखिया अपने जवाई जुगराज सिंह नू। कहन लगा इस वारी तो मैं वापस चल चलिया जे अगली बार जुगराज सिंह नू मेरे हवाले ना किया ना तो मैं सारिया जाड़ियां नू धू धू के कुटांगा ते तुहाडी बेपती करांगा। हुण प्यारियो ये डी एस पी चले गया है वापस ते जुगराज सिंह तूफान उस दिन गया होया सी अपनी पत्नी अते अपनी भैण दे नाल दरबार साहब के दर्शनों वास्ते। इत्थे मैं ये भी जिक्र कर जावां कि 16 साल की उम्र में जुगराज सिंह तूफान ने प्यारी जुगराज सिंह तूफान की माता ने जुगराज सिंह का आनंद कार्य कर दिता सी क्योंकि माँ अपने पुत्र के ख्यालों बारे जानती सी कि मेरा पुत्र कितने संघर्ष दे विच शामिल ना हो जाए ते इसका विआह कर दिता गया कि परिवार के मोह विच पै जाए। तो भाई जुगराज सिंह तूफान की पत्नी बारे सुन लवो ओ महान सिंगड़ी। और जुगराज सिंह नूं कहन लगी सरदारा जिथे तू आप हथियार चुकदा है उत्थे मैनू भी एक AK-47 दे दे मैं भी दुष्टां नूं सोधे लवांगी। खैर प्यारियो रहो विचार दे विच जुगराज सिंह दर्शनां वास्ते गया दरबार साहिब दे। हुण इत्थे जुगराज सिंह नूं कुछ सज्जन मिले ने कहन लगे ने जुगराज सिंह डी एस पी गोबिंद राम आया सी तेरे पिंड इत्थे आके इन्हें बजुर्गों नूं बहुत माड़ा बोलिया धीआं भैणां नूं गलत बोलिया ते कहन लगा कि जुगराज सिंह नूं जे मैनूं ना फड़ाया तो मैं इत्थे आके धीआं भैणां नूं कुट के जावांगा। जदों सुरमे ने ऐनी गल सुनी सुरमे दे डोले फड़ उठे ओ नेत्रां दे विच खून दे डोरे आए। इन्हें कीतियां अनार दे फल वर्गियां अखां इन्हें सिमरिया है धन गुरु हरगोबिंद पातशाह जी नूं। कहन लगा पातशाह दे दिओ कर दे बख्शा भरिया थापड़ा मैं डी एस पी गोबिंद राम का सौदा लावा। यह सुरमा अपने घर पुजा इतने इन्हें अपनी पत्नी तो भैन घर छड़िया पहुंचा जलंधर पी ए पिचौक दे। सुरमे ने हाल मलूम करके चाह की रेहड़ी लाई है कि मैं बड़ा तेने नाल नाल हुण कबाड़ का काम भी शुरू कर लिया। इस सुरमे ने कूलर के बंब फिट किया जिथे पापी डी एस पी गोबिंद राम का दफ्तर सी ओदे ही कूलर दे विच इस योधे ने बंब फिट किया। चाह फड़ाउण वास्ते जाया करता सी। हुण एक दिन सूरमे ने मौका वेख्या कि दुष्ट बैठा है अपनी कुर्सी दे उपर क्यों ना इस नूं नरकी पहुँचा दिता जावे। सूरमे ने बड़े ही सावधानी दे नाल हुण कढ़िया अपनी बोझ दे विचों बंब दा रिमोट ते करके धन गुरु गोबिंद सिंह महाराज जी नूं याद नप दिता रिमोट दा बटन ते पापी गोबिंद राम दे चीखड़े उड गए चीखड़े। ए सुरमा हुण पहुंचा ए शमशा भोगो विखे अपने साथियों दे कोल। इत्थे आके ये विचारां कर रहे ने कि किस किस तरह दुष्टां दे सोधे लाए जावण। हुण प्यारी जुगराज सिंह तूफान जदों बैठा अपने साथियों दे कोल तां इत्थे जुगराज सिंह तूफान दे पिंड दा मजहबी सिख जो फौज विच रिटायर होया सी इन्हें आके जुगराज सिंह नाल गुदारी की। कहन लगा भी मैनू अपनी दे गन मैं कर देवा तेरी राइफल नू साफ। सूरमे ने अपना मित्र जान के अपने तो वड्डा जान के उसनू अपनी गन दे दित्ती तो उस पापी ने गन साफ करन दी बजाए उहदे विच भर दित्ती गलीस ते गन नकारी कर दित्ती। हुण इह पहुंचा बटाले थाने दे विच इत्थे आके ने शिकायत की कि जुगराज सिंह तूफान ते उहदे साथियों नू गिरफ्तार कर लिया जावे। मैं जुगराज सिंह की गन नकारी कर दित्ती है ते अगो थानेदार ने आए हाथ जोड़े कहिंदा कि जिनी पैरी आए हो उन्हीं पैरी वापस चले जावो। जुगराज सिंह ने साडा कुछ नहीं विगाड़िया असी उन्हें गिरफ्तार करने वास्ते नहीं जावांगे। हुण इह पापी पहुंचा पिंड घुमाणी इत्थे बी एस एफ वालियां दी चौंकी सी इत्थे आके ने कर दित्ती शिकायत। हुण बी एस एफ वाले पहुंचे ने पिंड शमशा भोगो विखे इत्थे आके सूरमियां नूं घेरा पाया
ਜਦੋਂ ਤੱਕਿਆ ਸੂਰਮੇ ਨੇ ਘੇਰਿਆ, ਜੁਗਰਾਜ ਸਿੰਘ ਤੂਫਾਨੇ ਆਪਣੇ ਧਰਮ ਦੇ ਵੀਰ ਭਾਈ ਬਖਸ਼ੀਸ਼ ਸਿੰਘ ਨੂੰ ਉਠਾਇਆ। ਕਹਿਣ ਲੱਗਾ, ਉੱਠ ਵੀਰਿਆ, ਪਰਚਾ ਪੈ ਗਿਆ। ਆ ਕੇ BSF ਵਾਲਿਆਂ ਨੇ ਘੇਰਾ ਪਾ ਲਿਆ ਤੇ ਚੱਕ ਲਿਆ ਹਥਿਆਰ। ਚੱਲ ਕਰੀਏ ਆਪਾਂ ਆਪਣੇ ਗੁਰੂਆਂ ਨੂੰ ਯਾਦ, ਸ਼ੋਧਿਆਂ ਨੂੰ ਯਾਦ। ਹੁਣ ਸੂਰਮੇ ਜਿਸ ਤਰ੍ਹਾਂ ਆਪਣੇ ਯੋਧਿਆਂ ਨੂੰ, ਆਪਣੀ ਕੌਮ ਦੇ ਵਾਰਸਾਂ ਨੂੰ ਯਾਦ ਕਰਦੇ ਨੇ ਤੇ ਆਪਸ ਦੇ ਵਿੱਚ ਜੋ ਵਿਚਾਰਾਂ ਕਰਦੇ ਨੇ ਉਹਨਾਂ ਸਤਰਾਂ ਨੂੰ ਢਾਡੀ ਜਿੱਥੇ ਪਾਸੋਂ ਸੁਣਦੇ ਹੀ ਜਾਣਾ। ਛੱਤ ਦੇ ਉੱਪਰ ਜਦੋਂ ਜੁਗਰਾਜ ਸਿੰਘ ਤੂਫਾਨ ਨੇ ਆਪਣੀ AK-47 ਸੰਭਾਲੀ, ਸੂਰਮਾ ਕੀ ਜਾਣਦਾ ਸੀ? ਜਦੋਂ ਸੂਰਮੇ ਨੇ
ਕਰਕੇ ਕਲਗੀਆਂ ਵਾਲੇ ਨੂੰ ਯਾਦ, ਇੱਕ 47 ਦਾ ਘੋੜਾ ਦੱਬਣ ਲੱਗਿਆ ਤਾਂ ਗੰਨ ਸਲਿੱਪ ਮਾਰ ਗਈ, ਪਰ ਸੂਰਮਿਆਂ ਨੇ ਹੌਸਲਾ ਨਹੀਂ ਛੱਡਿਆ, ਮਾਰੀ ਛਾਲ, ਛੱਡਿਆ ਜਕਾਰਾ। ਇਤਿਹਾਸਕਾਰ ਕਹਿੰਦੇ ਨੇ ਇਹ ਸੂਰਮੇ ਨੱਠੇ ਜਾ ਰਹੇ ਨੇ, ਭਾਈ ਬਖਸ਼ੀਸ਼ ਸਿੰਘ ਅੱਗੇ ਅੱਗੇ ਨੱਠਾ ਜਾ ਰਿਹਾ, ਜੁਗਰਾਜ ਸਿੰਘ ਤੂਫਾਨ 21 ਕਦਮਾਂ ਨੱਠਿਆ, 21 ਕਦਮਾਂ ਨੱਠਦੇ ਨੱਠਦੇ ਦੀ ਇਹਦੀ ਗੋਲੀ ਇੱਕ ਲੱਤ ਵਿੱਚ ਵੱਜੀ ਅਤੇ ਇੱਕ ਪਿਛਾ ਮੋਹਰਾ ਵਿੱਚ ਵੱਜੀ, ਅਤੇ ਪਰ ਸੂਰਮੇ ਨੇ ਹੌਸਲਾ ਨਹੀਂ ਛੱਡਿਆ। ਸਾਹਮਣੇ ਇੱਕ ਟਰੈਕਟਰ ਦੇ ਉੱਪਰ ਬਜ਼ੁਰਗ ਜਾ ਰਿਹਾ ਸੀ, ਇਹ ਸੂਰਮੇ ਨੇ ਰੱਖਿਆ ਚੱਲਦੇ ਟਰੈਕਟਰ ਦੇ ਉੱਪਰ ਪੈਰ, ਅਤੇ ਬਾਪੂ ਨੂੰ ਆਖਿਆ ਬਾਪੂ ਤੂੰ ਟਰੈਕਟਰ ਦੇ ਉੱਤੋਂ ਉੱਤਰ ਜਾ। ਇਹ ਹੁਣ ਭਾਈ ਬਖਸ਼ੀਸ਼ ਸਿੰਘ ਅਤੇ ਜੁਗਰਾਜ ਸਿੰਘ ਹੋਏ ਨੇ ਟਰੈਕਟਰ ਦੇ ਉੱਪਰ ਸਵਾਰ, ਅਤੇ BSF ਵਾਲੇ ਇਹਨਾਂ ਉੱਪਰ ਗੋਲੀਆਂ ਦਾ ਮੀਂਹ ਬਰਸਾਈ ਜਾ ਰਹੇ ਨੇ। ਹੁਣ ਅੱਧਾ ਕਿਲੋਮੀਟਰ ਟਰੈਕਟਰ ਚੱਲਿਆ ਅਤੇ ਜੁਗਰਾਜ ਸਿੰਘ ਤੂਫਾਨ ਦੀਆਂ ਲੱਤਾਂ ਜਵਾਬ ਦੇ ਗਈਆਂ। ਸਾਹਮਣੇ ਰੂੜੀ ਦਾ ਢੇਰ ਲੱਗਾ ਸੀ, ਉੱਥੇ ਜਾ ਕੇ ਟਰੈਕਟਰ ਖੁੱਭ ਗਿਆ ਅਤੇ ਭਾਈ ਬਖਸ਼ੀਸ਼ ਸਿੰਘ ਸ਼ਹਾਦਤ ਦਾ ਜਾਮ ਪੀ ਗਿਆ। ਕੁਝ ਸਮੇਂ ਬਾਅਦ ਜੁਗਰਾਜ ਸਿੰਘ ਤੂਫਾਨ ਨੇ ਵੀ ਸ਼ਹਾਦਤ ਦਾ ਜਾਮ ਪੀ ਲਿਆ। ਤਾਂ ਪਿਆਰਿਓ, ਸੱਚ ਜਾਣਿਓ, ਇਹ BSF ਵਾਲੇ ਡੇਢ ਘੰਟਾ ਖੜੇ ਵੇਖ ਰਹੇ ਸਨ ਕਿ ਕਿਤੇ ਸੂਰਮੇ ਦਾ ਇੱਕ ਵੀ ਸਵਾਲ ਗੰਢ ਤੇ ਰੱਸਾ ਪਾਇਆ ਜੁਗਰਾਜ ਸਿੰਘ ਤੂਫਾਨ ਦੇ ਗਲ ਵਿੱਚ ਧੂ ਸਨ ਇਹ ਚਰਵਾਣੀਆਂ ਸਰਕਾਰਾਂ। ਤਾਂ ਜਿਹੜੇ ਵੀ ਇਹਨਾਂ ਦੇ ਡਾਊਟ ਸਨ ਕਿ ਕਿਤੇ ਸੂਰਮੇ ਦਾ ਇੱਕ ਵੀ ਸਵਾਸ ਨਾ ਚੱਲਦਾ ਹੋਵੇ, ਇਹਨੇ ਸਾਨੂੰ ਸੁੱਕਿਆ ਨਹੀਂ ਜਾਣ ਦੇਣਾ। ਹੁਣ ਜਦੋਂ ਇਲਾਕੇ ਵਿੱਚ ਪਤਾ ਲੱਗਾ ਕਿ ਸੂਰਮਾ ਸ਼ਹਾਦਤ ਦਾ ਜਾਮ ਪੀ ਗਿਆ, ਸਾਰੇ ਇਹੀ ਕਹਿੰਦੇ ਨੇ ਸਾਡੇ ਇਲਾਕੇ ਦਾ ਬੰਨ ਟੁੱਟ ਗਿਆ, ਜੁਗਰਾਜ ਸਿੰਘ ਤੂਫਾਨ ਸ਼ਹਾਦਤ ਦਾ ਜਾਮ ਪੀ ਗਿਆ। ਜਦੋਂ ਭੈਣਾਂ ਨੂੰ ਪਤਾ ਲੱਗਿਆ ਕਿ ਸਾਡਾ ਵੀਰ ਸ਼ਹਾਦਤ ਦਾ ਜਾਮ ਪੀ ਗਿਆ, ਹੁਣ ਭੈਣਾਂ ਮਾਂ ਅਤੇ ਬਾਪੂ ਚੱਲ ਕੇ ਆਏ ਨੇ ਜਿੱਥੇ ਜੁਗਰਾਜ ਸਿੰਘ ਤੂਫਾਨ ਦਾ ਸ਼ਹੀਦ ਹੋਏ ਦਾ ਸਰੀਰ ਰੱਖਿਆ ਹੋਇਆ ਸੀ, ਤਾਂ ਆ ਕੇ ਪੰਜੇ ਭੈਣਾਂ ਆਪਣੇ ਵੀਰ ਨੂੰ ਚੁੰਬੜ ਗਈਆਂ। ਜੁਗਰਾਜ ਸਿੰਘ ਤੂਫਾਨ ਦੀਆਂ 7 ਭੈਣਾਂ ਸਨ, ਜਿਨ੍ਹਾਂ ਵਿੱਚੋਂ 2 ਅਕਾਲ ਚਲਾਣਾ ਕਰ ਗਈਆਂ ਸਨ। ਹੁਣ ਭੈਣਾਂ ਆਪਣੇ ਵੀਰੇ ਦੇ ਨਾਲ ਗੱਲਾਂ ਕਰ ਰਹੀਆਂ ਨੇ, ਵੀਰਿਆ ਸਾਨੂੰ ਛੱਡ ਕੇ ਕਿੱਥੇ ਚਲੇ ਗਿਆ, ਵੀਰਿਆ ਜਿਹੜੀ ਮੌਤ ਤੈਨੂੰ ਆਈ ਹੈ ਇਹ ਸਾਨੂੰ ਆ ਜਾਂਦੀ, ਅਸੀਂ ਅਜੇ ਬੈਠੀਆਂ ਸਾਂ, ਪਰ ਵੀਰਿਆ ਸਾਨੂੰ ਮਾਂ ਨੇ ਤੂੰ ਸ਼ਹਾਦਤ ਦਾ ਜਾਮ ਪੀਤਾ, ਪਰ ਅਸੀਂ ਇੱਕ ਦਿਨ ਵੀ ਤੇਰਾ ਮੁੱਖ ਵੇਖੇ ਬਿਨ ਨਹੀਂ ਸਾਂ ਰਹਿੰਦੀਆਂ। ਹੁਣ ਬਾਬਾ ਠਾਕੁਰ ਸਿੰਘ ਜੀ ਦੀ ਦੇਖ ਰੇਖ ਹੇਠ ਸੂਰਮੇ ਦਾ ਸੰਸਕਾਰ ਕੀਤਾ ਗਿਆ। ਪਿਆਰੀਓ, ਭਾਈ ਜੁਗਰਾਜ ਸਿੰਘ ਤੂਫਾਨ ਦੇ ਇਲਾਕੇ ਦੇ 10 ਪਿੰਡਾਂ ਵਿੱਚ ਸਰਨਾਟਾ ਛਾ ਗਿਆ। ਐਡਾ ਮਹਾਨ ਯੋਧਾ ਸੀ, ਸਾਰਿਆਂ ਦਾ ਸਤਿਕਾਰ ਕਰਦਾ ਸੀ ਅਤੇ ਸਾਰੇ ਜੁਗਰਾਜ ਸਿੰਘ ਦਾ ਸਤਿਕਾਰ ਕਰਦੇ ਸਨ, ਸਾਰੇ ਹੀ ਜੁਗਰਾਜ ਸਿੰਘ ਤੂਫਾਨ ਦੇ ਨਾਲ ਪਿਆਰ ਕਰਦੇ ਸੀ। ਇਹ ਧੰਨ ਹੈ ਸੂਰਮਾ, 6 ਸਾਲ ਦੀ ਉਮਰ ਵਿੱਚ ਇਹਨੇ ਦੁਸ਼ਟਾਂ ਬਾਰੇ ਪਤਾ ਕੀਤੇ, ਬਾਅਦ ਸਮਾਂ ਅਨਾਊਂਸ ਹੋਇਆ ਸੀ ਉਹ ਸਮਾਪਤ ਹੋ ਚੁੱਕਿਆ। ਹੋਈਆਂ ਭੁੱਲਾਂ ਚੁੱਕਾਂ ਦੀ ਮੁਆਫ਼ੀ ਅਣਜਾਣ ਬੱਚੇ ਸਮਝ ਕੇ ਮਾਫ਼ ਕਰਨਾ, ਗੁਰੂ ਜੀ ਦੀ ਰੱਬ ਵਰਗੀ ਸੰਗਤ ਇਸ ਨਿਮਾਣੇ 'ਚ ਜਥੇ ਨੂੰ ਬਖਸ਼ਣ ਜੋਗੋ। ਆਪ ਸਾਰਿਆਂ ਨੇ ਬਹੁਤ ਸਾਰਾ ਮਾਣ ਦੇ ਕੇ ਨਵਾਜਿਆ, ਅਸੀਂ ਇਸ ਦੇ ਯੋਗ ਨਹੀਂ ਸਾਂ, ਜਿੰਨਾ ਆਪ ਸਭ ਨੇ ਮਾਣ ਦੇ ਚਰਨਾਂ ਵਿੱਚ ਅਰਦਾਸ ਕਰਿਓ। ਪਾਤਸ਼ਾਹ ਸਾਡੀ ਸਿੱਖੀ ਕੇਸਾ ਸਵਾਸਾ ਸੰਗਤ ਰੱਖਿਓ, ਗੁਰਸਿੱਖੀ ਜੀਵਨ ਅਤੇ ਨਾਮ ਦਾਣ ਦੀਆਂ ਦਾਤਾਂ ਬਖਸ਼ਿਓ। ਇੱਕ ਵਾਰ ਫਿਰ ਤੋਂ ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ ਵੱਲੋਂ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਵੱਲੋਂ ਬਖਸ਼ਿਸ਼ ਕੀਤਾ ਹੋਇਆ ਫਤਿਹ ਦਾ ਨਾਰਾ ਪ੍ਰਵਾਨ ਕਰੋ ਜੀ, ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ